ਅਰਟਟੈਕ ਮਗਰੋਂ ਗਾਇਕ ਸਾਥੀਕੇ ਦੀ ਸਿਹਤ ਜੋ ਹੋਇਆ ਸੁਧਾਰ ਸਾਰਿਆਂ ਨੇ ਕੀਤਾ ਧੰਨਵਾਦ ਤੇ ਕਿਹਾ ਜਲਦੀ ਲਗਾਵਾਂਗੇ ਅਖਾੜੇ ਸਸ਼ਕਲ ਮੈਂ ਸੋਨੀਆ ਗੱਲ ਕਰਾਂਗੇ ਅੱਜ ਪੰਜਾਬੀ ਇੰਡਸਟਰੀ ਦੇ ਸਿੰਗਰ ਸਾਰਥੀ ਕੇ ਦੇ ਬਾਰੇ ਜਿਨ੍ਹਾਂ ਦੇ ਬਾਰੇ ਬੀਤੀ ਦਿਨੀ ਖਬਰ ਆਈ ਸੀ ਕਿ ਗਾਇਕ ਨੂੰ ਹਾਰਟ ਅਟੈਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਹੀ ਟ੍ਰਿਲਿਅਮ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਕੁਝ ਪੋਸਟਾਂ ਵੀ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਅਫੀਸ਼ੀਅਲ ਹੈਂਡਲ ਤੋਂ ਸ਼ੇਅਰ ਕੀਤੇ ਗਏ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਗੱਲ ਦੀ ਅਫੀਸ਼ੀਅਲੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਵਾਕਈ ਜੋ ਗਾਇਕ ਹੈ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ ਇੱਕ ਉਹਨਾਂ ਦੇ ਦੋਸਤ ਵੱਲੋਂ ਵੀ ਆਖਿਆ ਗਿਆ ਸੀਗਾ ਕਿ ਸਾਰਥੀਕੇ ਨੂੰ ਹਾਰਟ ਅਟੈਕ ਜੋ ਆ ਦਿਲ ਦਾ ਦੌਰਾ ਜੋ ਆ ਅਸ ਤੋਂ 4-5 ਦਿਨ ਪਹਿਲਾਂ ਪਿਆ ਸੀਗਾ ਜਦੋਂ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਤੇ ਫੈਨਸ ਲਗਾਤਾਰ ਉਹਨਾਂ ਦੇ ਠੀਕ ਹੋਣ ਦੀਆਂ ਧੂਆਵਾਂ ਕਰ ਰਹੇ ਸੀਗੇ ਪਰ ਇਸ ਦੇ ਨਾਲ ਦੱਸ ਦਈਏ ਕਿ ਹੁਣ ਸਾਰਥੀਕੇ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਤਸਵੀਰ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗਾਇਕ ਹੱਥ ਜੋੜਿਆ ਹੋਇਆ ਨਜ਼ਰ ਆ ਰਿਹਾ ਤਾਂ ਇਸ ਪੋਸਟ ਦੇ نیچے ਉਹਨਾਂ ਦੇ ਵੱਲੋਂ ਇੱਕ ਵੱਡਾ ਸਾਰਾ ਨੋਟ ਲਿਖਿਆ ਗਿਆ ਜਿਸ ਦੇ ਵਿੱਚ ਆਪਣੇ ਫੈਨਸ ਦਾ ਚੋਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਗਾਇਕ ਵੱਲੋਂ ਲਿਖਿਆ ਗਿਆ ਕਿ ਸਤਿ ਸ਼੍ਰੀ ਅਕਾਲ ਜੀ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ ਮੈਸੇजेस ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੜਾ ਹੌਸਲਾ ਤੇ ਦੁਆਵਾਂ ਦਿੱਤੀਆਂ ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਫੀਲ ਕਰ ਰਿਹਾ ਹਾਂ ਤੇ ਜਲਦ ਹੀ ਆਪਣੇ ਸਟੇਜਾਂ ਤੇ ਅਖਾੜੇ ਲਗਾਉਂਦਾ ਨਜ਼ਰ ਆਵਾਂਗੇ ਹੋ ਸਕਦਾ ਹੈ ਅਖਾੜੇ ਥੋੜੇ ਟਾਈਮ ਲਈ ਇਸ ਹਸਪਤਾਲ ਦੀ ਜਗ੍ਹਾ ਤੇ ਬੁੱਕ ਹੋਏ ਹੋਣ ਉਹ ਮਾਲਕ ਜਾਣਦਾ ਬਾਕੀ ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਨਾਲ ਸਾਂਝੀ ਕਰਦਾ ਰਹੂੰਗਾ ਪਿਆਰ ਕਰਨ ਵਾਲਿਆਂ ਨੂੰ ਚਾਹਣ ਵਾਲਿਆਂ ਨੂੰ ਦਿਲ ਤੋਂ ਪਿਆਰ ਤੇ ਸਤਿਕਾਰ ਤੁਸੀਂ ਸਾਰੇ ਆਪਣੀ ਸਿਹਤ ਦਾ ਖਿਆਲ ਰੱਖਿਓ ਮਾਲਕ ਸਭ ਨੂੰ ਤੰਦਰੁਸਤ ਰੱਖੇ ਸਾਰਥੀਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੂਗਾ ਸ਼ੁਕਰ 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 ਇਹ ਪੋਸਟ ਜੋ ਆ ਗਾਇਕ ਦੇ ਵੱਲੋਂ ਸੰਜੀਕੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਫੈਨਸ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਲਗਾਤਾਰ ਉਹਨਾਂ ਦੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਉਹਨਾਂ ਨੂੰ ਫੋਨ ਕਾਲ ਮੈਸੇजेस ਕੀਤੇ ਆ ਸਾਥਕੇ ਦੀ ਗੱਲ ਕਰੀਏ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਨੇ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਮਕਬੂਲ ਗਾਇਕ ਵੀ ਕਿਹਾ ਜਾਂਦਾ ਹੈ ਹਾਰਟ ਅਟੈਕ ਮਗਰੋਂ ਗਾਇਕ ਸਾਥਕੇ ਦੀ ਸਿਹਤ ਚ ਹੋਇਆ ਸੁਧਾਰ सारे धनवाद हाँ जल्द ही लगावे अखाड़े सताल मैं सोनिया गल करा पंजाबी इंडस्ट्री के सिंगर ਸਾਰਥੀਕੇ ਦੇ ਬਾਰੇ ਜਿਨ੍ਹਾਂ ਦੇ ਬਾਰੇ ਬੀਤੀ ਦਿਨੀ ਖਬਰ ਆਈ ਸੀ ਕਿ ਗਾਇਕ ਨੂੰ ਹਾਰਟ ਅਟੈਕ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ ਹੀ ਟ੍ਰਿਲਿਅਮ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇੱਕ ਕੁਝ ਪੋਸਟਾਂ ਵੀ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਅਫੀਸ਼ੀਅਲ ਹੈਂਡਲ ਤੋਂ ਸ਼ੇਅਰ ਕੀਤੀਆਂ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਗੱਲ ਦੀ ਅਫੀਸ਼ੀਅਲੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਵਾਕਈ ਜੋ ਗਾਇਕ ਹੈ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ ਤੇ ਇੱਕ ਉਹਨਾਂ ਦੇ ਦੋਸਤ ਵੱਲੋਂ ਵੀ ਆਖਿਆ ਗਿਆ ਸੀਗਾ ਕਿ ਸਾਰਥੀਕੇ ਨੂੰ ਹਾਰਟ ਅਟੈਕ ਜੋ ਆ ਦਿਲ ਦਾ ਦੌਰਾ ਜੋ ਆ ਅਸ ਤੋਂ 4-5 ਦਿਨ ਪਹਿਲਾਂ ਪਿਆ ਸੀਗਾ ਜਦੋਂ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਤੇ ਫੈਨਸ ਲਗਾਤਾਰ ਉਹਨਾਂ ਦੇ ਠੀਕ ਹੋਣ ਦੀਆਂ ਧੂਆਵਾਂ ਕਰ ਰਹੇ ਸੀਗੇ ਪਰ ਇਸ ਦੇ ਨਾਲ ਦੱਸਿਆ ਕਿ ਹੁਣ ਸਾਰਥੀਕੇ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਤਸਵੀਰ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਗਾਇਕ ਹੱਥ ਜੋੜਿਆ ਹੋਇਆ ਨਜ਼ਰ ਆ ਰਿਹਾ ਤਾਂ ਇਸ ਪੋਸਟ ਦੇ نیچے ਉਹਨਾਂ ਦੇ ਵੱਲੋਂ ਇੱਕ ਵੱਡਾ ਸਾਰਾ ਨੋਟ ਲਿਖਿਆ ਗਿਆ ਜਿਸ ਦੇ ਵਿੱਚ ਆਪਣੇ ਫੈਨਸ ਦਾ ਚੋਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਗਾਇਕ ਵੱਲੋਂ ਲਿਖਿਆ ਗਿਆ ਕਿ ਸਸ਼ਟ੍ਰਿਕਾਲ ਜੀ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਦੁਆਵਾਂ ਉਸ ਤੋਂ ਵੀ ਵੱਡੀ ਚੀਜ਼ ਹੁੰਦੀਆਂ ਨੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇਹ ਦੋਵੇਂ ਚੀਜ਼ਾਂ ਰੱਜ ਕੇ ਮੇਰੇ ਹਿੱਸੇ ਆਈਆਂ ਤੁਸੀਂ ਸਾਰਿਆਂ ਨੇ ਦਿਨ ਰਾਤ ਫੋਨ ਮੈਸੇजेस ਕਰਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬੜਾ ਹੌਸਲਾ ਤੇ ਦੁਆਵਾਂ ਦਿੱਤੀਆਂ ਉਸ ਮਾਲਕ ਦੀ ਕਿਰਪਾ ਦੇ ਨਾਲ ਹੁਣ ਮੈਂ ਬਹੁਤ ਠੀਕ ਫੀਲ ਕਰ ਰਿਹਾ ਹਾਂ ਤੇ ਜਲਦ ਹੀ ਆਪਣੇ ਸਟੇਜਾਂ ਤੇ ਅਖਾੜੇ ਲਗਾਉਂਦਾ ਨਜ਼ਰ ਆਵਾਂਗੇ ਹੋ ਸਕਦਾ ਅਖਾੜੇ ਥੋੜੇ ਟਾਈਮ ਲਈ ਇਸ ਹਸਪਤਾਲ ਦੀ ਜਗ੍ਹਾ ਤੇ ਬੁੱਕ ਹੋਏ ਹੋਣ ਉਹ ਮਾਲਕ ਜਾਣਦਾ ਬਾਕੀ ਮੈਂ ਹਰ ਰੋਜ਼ ਆਪਣੀ ਅਪਡੇਟ ਸਾਰਿਆਂ ਨਾਲ ਸਾਂਝੀ ਕਰਦਾ ਰਹੂੰਗਾ ਪਿਆਰ ਕਰਨ ਵਾਲਿਆਂ ਨੂੰ ਚਾਹਣ ਵਾਲਿਆਂ ਨੂੰ ਦਿਲ ਤੋਂ ਪਿਆਰ ਤੇ ਸਤਿਕਾਰ ਤੁਸੀਂ ਸਾਰੇ ਆਪਣੀ ਸਿਹਤ ਦਾ ਖਿਆਲ ਰੱਖਿਓ ਮਾਲਕ ਸਭ ਨੂੰ ਤੰਦਰੁਸਤ ਰੱਖੇ ਸਾਰਥੀਕੇ ਹਮੇਸ਼ਾ ਤੁਹਾਡਾ ਕਰਜ਼ਦਾਰ ਰਹੂਗਾ ਸ਼ੁਕਰ 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 ਇਹ ਪੋਸਟ ਜੋ ਆ ਗਾਇਕ ਦੇ ਵੱਲੋਂ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਫੈਨਸ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਲਗਾਤਾਰ ਉਹਨਾਂ ਦੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਉਹਨਾਂ ਨੂੰ ਫੋਨ ਕਾਲ ਮੈਸੇजेस ਕੀਤੇ ਆ ਸਾਥੀ ਕੀ ਦੀ ਗੱਲ ਕਰੀਏ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਨੇ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਉਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਮਕਬੂਲ ਗਾਇਕ ਵੀ ਕਿਹਾ ਜਾਂਦਾ ਹੈ